ਲੰਬੀ ਦੇ ਵੋਟਰਾਂ ਦਾ ਧੰਨਵਾਦ ਕਰਨ ਪੁੱਜੇ ਬਾਦਲ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਹੋਤੇ ਅੱਜ ਪੰਜਾਬ ਦੇ ਪੁਰਵ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਵਲੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕਾ ਲੰਬੀ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਅੱਜ ਸਭ ਤੋਂ ਪਹਿਲਾਂ ਹਲਕੇ ਦੇ ਪਿੰਡ ਗਗੜ ਵਿੱਚ ਧੰਨਵਾਦੀ ਦੌਰਾ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਹਲਕੇ ਅਤੇ ਇਸ ਪਿੰਡ ਦਾ ਪਾਰਟੀ ਦੇ ਨਾਲ ਮੂਡ ਤੋਂ ਹੀ ਲਗਾਉ ਰਿਹਾ ਹੈ ਅਤੇ ਅੱਜ ਫਿਰ ਇਸ ਹਲਕੇ ਨੇ ਭਾਰੀ ਲੀਡ ਦੇ ਨਾਲ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਪਾਰਟੀ ਦੇ ਵਫਾਦਾਰੀ ਹੋਣ ਦਾ ਪ੍ਰਮਾਨ ਦਿੰਦਾ ਹੈ ਉਹਨਾਂ ਨੇ ਵਰਕਰਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਪਾਰਟੀ ਲਈ ਕੰਮ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਸਰਦਾਰ ਬਾਦਲ ਦਾ ਇਸ ਪਿੰਡ ਵਿੱਚ ਧੰਨਵਾਦ ਕਰਨ ਲਈ ਆਉਣ ਉੱਤੇ ਪਿੰਡ ਵਾਸੀਆਂ ਵੱਲੋਂ ਸੀਨੀਅਰ ਆਗੂ ਸੁਖਬੀਰ ਸਿੰਘ ਗਗੜ ਨੇ ਕਿਹਾ ਹੈ ਕਿ ਇਸ ਪਿੰਡ ਦਾ ਮੋੜ ਤੋਂ ਹੀ ਬਾਦਲ ਪਾਰਟੀ ਦੇ ਨਾਲ ਲਗਾਓ ਹੈ ਇਸ ਲਈ ਬਾਦਲ ਸਾਹਿਬ ਨੇ ਪਹਿਲਾਂ ਇਸ ਪਿੰਡ ਵਿੱਚ ਧੰਨਵਾਦ ਕੀਤਾ ਅੱਜ ਕੀ ਕਹਿਣਾ ਚਾਹੋਗੇ ਬਾਦ ਸਾਹਿਬ ਨੇ ਅੱਜ ਜਿਹੜਾ ਧੰਨਵਾਦੀ ਦੌਰਾ ਕੀਤਾ ਸੀ ਜਪਾਨ ਅੱਜ ਬੀਬਾ ਹਰਸਿਮਰਤ ਕੌਰ ਦੀ ਵੱਡੀ ਜਿਹੜੀ ਜਿੱਤ ਹੋਈ ਹੈ ਆਪਣੇ ਲੰਬੀ ਹਲਕੇ ਤੋਂ 16000 ਦੀ ਅਸੀਂ ਲੀਡ ਲਈ ਹੈ ਤੇ ਉਹ ਲੀਡ ਤੋਂ ਬਾਅਦ ਬਾਲ ਸਾਹਿਬ ਹਰ ਵਾਰੀ ਜਦੋਂ ਵੀ ਬਾਦਲ ਪਰਿਵਾਰ ਜਿੱਤਦਾ ਹੈ ਸਭ ਤੋਂ ਪਹਿਲਾਂ ਗੱਗੜਪਿੰਡ ਜਾਂਦੇ ਮੇਰੇ ਗੱਗੜਪਿੰਡ 'ਚ ਬਾਲ ਸਾਹਿਬ ਅੱਜ ਗਏ ਤੇ ਲੋਕਾਂ ਦਾ ਧੰਨਵਾਦ ਕੀਤਾ ਇੱਥੋਂ ਹੀ ਧੰਨਵਾਦੀ ਦੌਰਾ ਗੱਗੜਪਿੰਡ ਤੋਂ ਸ਼ੁਰੂ ਕੀਤਾ ਅ ਕੀ ਕੀ ਮੰਨਦੇ ਹੋ ਹੈਗੇ ਤੁਸੀਂ ਵੀ ਕੀ ਕਿਸ ਨੂੰ ਲੈ ਕੇ ਹੈਗੇ ਕਿੰਨਾ ਕੁ ਲਗਾਵ ਹੈਗਾ ਇਹਨਾਂ ਲੰਬੀ ਹਲਕੇ ਨਾਲ ਇਹਨਾਂ ਪਿੰਡਾਂ ਨਾਲ ਬਾਦਲ ਸਾਹਿਬ ਸਾਰੇ ਲੰਬੀ ਹਲਕੇ ਨੂੰ ਆਪ ਦੇ ਬੱਚਿਆਂ ਦੀ ਤਰ੍ਹਾਂ ਗਿਣਦੇ ਆ ਤੇ ਗੱਗੜਪਿੰਡ ਨੂੰ ਤਾਂ ਇਸ ਤਰ੍ਹਾਂ ਜਿਵੇਂ ਗੋਦ ਲਿਆ ਹੁੰਦਾ ਬਾਦਲ ਪਿੰਡ ਪਹਿਲਾਂ ਨਹੀਂ ਗਏ ਪਹਿਲਾਂ ਗੱਗੜਪਿੰਡ ਗਏ ਵੇਖੋ ਬਾਲ ਸਾਹਿਬ ਦਾ ਸਾਡੇ ਨਾਲ ਐਨਾ ਮੋਹ ਹੈ ਅਸੀਂ ਤਾਂ ਦੇਣ ਹੀ ਨਹੀਂ ਦੇ ਸਕਦੇ ਬਾਲ ਸਾਹਿਬ ਨੇ ਐਨੇ ਕੰਮ ਕੀਤੇ ਆ ਸਾਡੇ